ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰ ਇੰਟਰਨੈਸ਼ਨਲ ਸਟੂਡੈਂਟ ਦਾ ਜੀ ਖੁਆਬ ਹੁੰਦਾ ਵੀ ਮੈਂ ਜਲਦੀ ਤੋਂ ਜਲਦੀ ਪੀਆਰ ਹੋ ਜਾਵਾਂ। ਅੱਜ ਇਸੇ ਖੁਆਬ ਨੂੰ ਪੂਰਾ ਕਰਨ ਵਾਸਤੇ ਗੱਲ ਕਰਾਂਗੇ ਇੱਕ ਇਹੋ ਜਿਹੇ ਪ੍ਰੋਗਰਾਮ ਦੀ ਜਿਹਦੇ ਵਿੱਚ ਤੁਹਾਨੂੰ ਬਹੁਤ ਘੱਟ ਵਰਕ ਐਕਸਪੀਰੀਅੰਸ ਚਾਹੀਦਾ, ਜਿਹੜਾ ਵੀ ਚਾਹੀਦਾ ਉਹ ਤੁਸੀਂ ਇਨਕਲੂਡ ਕਰ ਸਕਦੇ ਹੋ। ਜੇ ਤੁਸੀਂ ਐਜ਼ ਅ ਸਟੂਡੈਂਟ ਕਿਸੇ ਵੀ ਪ੍ਰੋਵਿੰਸ 'ਚ ਕੰਮ ਕੀਤਾ ਪਾਰਟ ਟਾਈਮ ਤਾਂ ਉਹ ਐਕਸਪੀਰੀਅੰਸ ਤੁਸੀਂ ਇਨਕਲੂਡ ਕਰ ਸਕਦੇ ਹੋ ਫੋਰ ਯਰ ਪਰਮਾਨੈਂਟ ਰੈਜ਼ੀਡੈਂਸੀ। ਜੇ ਆਈਲੈਟਸ ਸਕੋਰ ਦੀ ਗੱਲ ਕਰੀਏ ਇਸ ਪ੍ਰੋਗਰਾਮ ਤਾਂ ਆਈਲੈਟਸ ਸਕੋਰ ਵੀ ਬਹੁਤ ਘੱਟ ਚਾਹੀਦਾ। ਜੇ ਗੱਲ ਕਰੀਏ ਫੰਡਸ ਦੀ, ਅਸਲ ਮੇ ਤਾਂ ਚਾਹੀਦੇ ਨਹੀਂ, ਜੇ ਚਾਹੀਦੇ ਵੀ ਹੈ ਤਾਂ ਵੀ ਬਹੁਤ ਘੱਟ ਚਾਹੀਦੇ ਆ। ਤਾਂ ਕਿਹੜਾ ਹੈ ਉਹ ਪ੍ਰੋਗਰਾਮ, ਕੀ ਨੇ ਉਹਦੀਆਂ ਐਲੀਜੀਬਿਲਟੀ, ਸਭ ਕੁਝ ਜਾਣਾਂਗੇ ਤਾਂ ਵੀਡੀਓ ਐਂਡ ਤੱਕ ਜ਼ਰੂਰ ਦੇਖ। ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖੋ, ਜੇ ਵੀਡੀਓ 'ਚ ਗੱਲਬਾਤ ਲੱਗੀ, ਵੀਡੀਓ ਇਨਫੋਰਮੇਟਿਵ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਹਾਂਜੀ, ਪ੍ਰੋਗਰਾਮ ਦਾ ਨਾਮ ਹੈਗਾ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ। ਇਹ ਪ੍ਰੋਗਰਾਮ ਐਗਜਿਸਟ ਦਾ ਚਾਰੋਂ ਹੀ ਪ੍ਰੋਵਿੰਸਿਸ 'ਚ ਕਰਦਾ ਹੈ, ਜਿਹੜੀਆਂ ਹੈਗੀਆਂ ਨੇ ਪ੍ਰਿੰਸ ਐਡਵਰਡ ਆਈਲੈਂਡ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ, ਨਿਊ ਬ੍ਰਾਂਸਵਿਕ ਅਤੇ ਨੋਵਾ ਸਕੋਸ਼ੀਆ। ਬਟ ਇਹ ਪਾਪੂਲਰ ਹੈ ਸਿਰਫ ਨੋਵਾ ਸਕੋਸ਼ੀਆ ਦੇ ਵਿੱਚ, ਕਿਉਂਕਿ ਇੱਥੋਂ ਦੇ ਇੰਪਲੋਇਰ ਨੇ ਜਿਹੜੇ ਇਹ ਪ੍ਰੋਗਰਾਮ ਦੇ ਅੰਡਰ ਪੇਪਰ ਆਰਾਮ ਨਾਲ ਦੇ ਦਿੰਦੇ ਆ, ਕਿਉਂਕਿ ਬਾਕੀ ਪ੍ਰੋਵਿੰਸਾਂ 'ਚ ਹੋਰ ਪ੍ਰੋਗਰਾਮ ਪਾਪੂਲਰ ਨੇ। ਜਿਵੇਂ ਮੇਰੇ ਉਰੇ ਮੈਂ ਪ੍ਰਿੰਸ ਐਡਵਰਡ ਆਈਲੈਂਡ 'ਚ ਰਹਿਣਾ ਤਾਂ ਇੱਥੇ ਪ੍ਰੋਗਰਾਮ ਜਿਹੜਾ ਪਾਪੂਲਰ ਹੈ ਉਹ ਹੈਗਾ ਕ੍ਰਿਟੀਕਲ ਸਟ੍ਰੀਮ ਵਰਕਰ ਪ੍ਰੋਗਰਾਮ, ਠੀਕ ਹੈ। ਉਹਦੇ ਮੈਂ ਇੱਕ ਵੀਡੀਓ ਵੀ ਕੀਤੀ ਸੀ ਕਿ ਕਿਵੇਂ ਤੁਸੀਂ 6 ਮੰਥ ਦੇ ਵਿੱਚ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਲਈ ਐਲੀਜੀਬਲ ਹੋ ਜਾਂਦੇ ਹੋ। ਬਟ ਜੇ ਤੁਹਾਡੇ ਕੋਲ ਆਲਰੇਡੀ ਐਕਸਪੀਰੀਅੰਸ ਹੈਗਾ ਤਾਂ ਤੁਹਾਨੂੰ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਅੰਡਰ ਹੀ ਨੋਵਾ ਸਕੋਸ਼ੀਆ ਮੂਵ ਹੋਏ ਦਾ ਫਾਇਦਾ ਆ। ਉਹ ਅੱਗੇ ਆਪਾਂ ਗੱਲ ਕਰਾਂਗੇ ਕਿਵੇਂ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਤੁਹਾਨੂੰ ਬੈਨੀਫਿਟ ਦਿੰਦਾ ਇਹ ਪ੍ਰੋਗਰਾਮ ਦੇ ਅੰਡਰ। ਹੁਣ ਸਭ ਤੋਂ ਜਾਣ ਲੈਂਦੇ ਹਾਂ ਨੋਵਾ ਸਕੋਸ਼ੀਆ ਨੂੰ ਐਜ਼ ਅ ਪ੍ਰੋਵਿੰਸ। ਜੇ ਆਪਾਂ ਨੋਵਾ ਸਕੋਸ਼ੀਆ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਸਿਟੀ ਹੈਗੀ ਹੈ ਹੈਲੀਫੈਕਸ। ਹੈਲੀਫੈਕਸ ਦੂਸਰੀ ਸਿਟੀਜ਼ ਨੂੰ, ਜਿੰਨੀਆਂ ਵੀ ਅਟਲਾਂਟਿਕ ਪ੍ਰੋਵਿੰਸਿਸ 'ਚ ਹੋਰ ਸਿਟੀਜ਼ ਨੇ, ਸਭ ਨਾਲੋਂ ਜ਼ਿਆਦਾ ਡਿਵੈਲਪਡ ਹੈ। ਅਤੇ ਜੇ ਪੰਜਾਬੀਆਂ ਦੀ ਪਾਪੂਲੇਸ਼ਨ ਦੀ ਗੱਲ ਕਰੀਏ ਜਾਂ ਇੰਡੀਅਨਸ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਹੈਲੀਫੈਕਸ ਦੇ ਵਿੱਚ ਹੈ। ਤੁਸੀਂ ਪੰਜਾਬੀਆਂ ਦੀ ਪਾਪੂਲੇਸ਼ਨ ਦੀ ਹਿਸਾਬ ਇਸ ਤੋਂ ਲਗਾ ਸਕਦੇ ਹੋ। ਪਿੱਛੇ ਜੀ ਬੱਬੂ ਮਾਨ ਦਾ ਅਖਾੜਾ ਲੱਗਾ ਤਾਂ ਸ਼ੋਅ ਫੁੱਲ ਸੀ ਹੈ ਜੀ, ਅਤੇ ਤਾਂ ਲੋਕਾਂ ਨੇ ਬੜੇ ਭੰਗੜੇ ਪਾਏ ਉਦੋਂ। ਉਸ ਤੋਂ ਇਲਾਵਾ ਜੇ ਗੱਲ ਕਰੀਏ ਪੰਜਾਬੀ ਰੈਸਟੋਰੈਂਟਸ ਦੀ ਜਾਂ ਪੰਜਾਬੀ ਖਾਣ ਪੀਣ ਦੀ ਤਾਂ ਉਹ ਵੀ ਤੁਹਾਨੂੰ ਈਜ਼ਲੀ ਅਵੇਲੇਬਲ ਹੋ ਜਾਂਦਾ, ਤਾਂ ਬਹੁਤ ਸਾਰੇ ਪੰਜਾਬੀ ਰੈਸਟੋਰੈਂਟਸ ਵੀ ਹੈਗੇ ਨੇ। ਜੇ ਆਪਣੀ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਗੁਰੂ ਘਰ ਵੀ ਹੈਗੇ, ਠੀਕ ਹੈ, ਹਰ ਸਾਲ ਨਗਰ ਕੀਰਤਨ ਵੀ ਨਿਕਲਦਾ। ਹਾਂਜੀ, ਹੁਣ ਆਪਾਂ ਨੋਵਾ ਸਕੋਸ਼ੀਆ ਜਾਣ ਲਿਆ, ਹੁਣ ਗੱਲ ਕਰਦੇ ਹਾਂ ਪ੍ਰੋਗਰਾਮ ਦੀ ਐਲੀਜੀਬਿਲਟੀ ਦੀ। ਤਾਂ ਪ੍ਰੋਗਰਾਮ 'ਚ ਐਲੀਜੀਬਲ ਹੋਣ ਵਾਸਤੇ ਤੁਹਾਨੂੰ 1560 ਘੰਟਿਆਂ ਦਾ ਜਿਹੜਾ ਵਰਕ ਐਕਸਪੀਰੀਅੰਸ ਚਾਹੀਦਾ। ਤਾਂ ਇਹ ਫੁੱਲ ਟਾਈਮ ਤੋਂ ਵੀ ਆ ਸਕਦਾ ਜਾਂ ਪਾਰਟ ਟਾਈਮ ਤੋਂ ਵੀ ਆ ਸਕਦਾ। ਈਵਨ ਜੇ ਤੁਹਾਡੇ ਕੋਲ ਕਿਸੇ ਵੀ ਪ੍ਰੋਵਿੰਸ ਦਾ, ਠੀਕ ਹੈ, ਟੀਅਰ 0, 1, 2, 3, 4 ਦੇ ਵਿੱਚ ਐਕਸਪੀਰੀਅੰਸ ਹੈਗਾ ਤਾਂ ਉਹ ਐਕਸਪੀਰੀਅੰਸ ਤੁਸੀਂ ਇਨਕਲੂਡ ਕਰ ਸਕਦੇ ਹੋ ਇਹ ਪ੍ਰੋਗਰਾਮ ਦੇ ਅੰਦਰ, ਠੀਕ ਹੈ। ਚਾਹੇ ਐਜ਼ ਅ ਸਟੂਡੈਂਟ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਵੀ ਆਏ ਸੀ, ਠੀਕ ਹੈ, ਤਾਂ ਉਦੋਂ ਤੁਸੀਂ ਕੰਮ ਕੀਤਾ ਹੋਇਆ ਟੀਅਰ 0, 1, 2, 3, 4 ਦੇ ਵਿੱਚ ਤਾਂ ਉਹ ਆਰਸ ਕਾਊਂਟ ਵੀ ਕਰਕੇ ਜਿਹੜੇ ਜਿੰਨੇ ਵੀ ਤੁਹਾਡੇ ਆਰਸ ਬਣਦੇ ਹੋਏ ਉਸ ਤੋਂ ਅਗਲਾ ਐਕਸਪੀਰੀਅੰਸ ਤੁਸੀਂ ਨੋਵਾ ਸਕੋਸ਼ੀਆ ਕਰ ਸਕਦੇ ਹੋ, ਠੀਕ ਹੈ। ਮੰਨ ਲਓ ਤੁਹਾਡੇ 1000 ਘੰਟਾ ਬਣਦਾ ਸੀ ਜਿਹੜਾ ਤੁਸੀਂ ਐਜ਼ ਅ ਸਟੂਡੈਂਟ ਕੀਤਾ ਸੀ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ, ਤਾਂ ਤੁਸੀਂ ਸੇਮ ਫੀਲਡ 'ਚ ਜੋਬ ਲੱਭ ਕੇ, ਠੀਕ ਹੈ, ਬਟ ਮੇਕ ਸ਼ੋਰ ਜਿਹੜੀ ਤੁਸੀਂ ਪ੍ਰੋਵਿੰਸ 'ਚ ਜੋਬ ਲੱਭਣੀ ਹੈ ਨੋਵਾ ਸਕੋਸ਼ੀਆ ਦੇ ਵਿੱਚ, ਠੀਕ ਹੈ, ਤਾਂ ਚਾਹੇ ਉਹ ਜਿਹੜਾ ਐਕਸਪੀਰੀਅੰਸ ਤੁਸੀਂ ਵਰਕ ਪਰਮਿਟ 'ਤੇ ਇਨਕਲੂਡ ਕਰਨਾ ਚਾਹੁੰਦੇ ਹੋ ਚਾਹੇ ਐਜ਼ ਅ ਸਟੂਡੈਂਟ, ਤਾਂ ਜਿਹੜਾ ਉਹ ਜੋਬ ਦਾ ਟੀਅਰ ਸੀ, ਠੀਕ ਹੈ, ਮੰਨ ਲਓ ਟੀਅਰ 4 ਸੀ ਆ, ਠੀਕ ਹੈ, ਤਾਂ ਮੰਨ ਲਓ ਜਿਵੇਂ ਟੀਅਰ 4 ਸੀ ਤਾਂ ਜਿਹੜੀ ਤੁਸੀਂ ਜੋਬ ਕਰਨੀ ਨੋਵਾ ਸਕੋਸ਼ੀਆ ਦੇ ਵਿੱਚ ਆ ਕੇ ਤਾਂ ਉਹ ਟੀਅਰ 4 ਦੀ ਹੋ ਸਕਦੀ ਹੈ, ਇਦੋਂ ਨਿਚਲੀ ਨਹੀਂ ਹੋ ਸਕਦੀ, ਠੀਕ ਹੈ, ਇਦੋਂ ਉੱਪਰਲੀ ਜ਼ਰੂਰ ਹੋ ਸਕਦੀ ਹੈ। ਮੰਨ ਲਓ ਜੇ ਤੁਸੀਂ ਟੀਅਰ 3 ਦਾ ਕੀਤਾ, ਠੀਕ ਹੈ, ਤਾਂ ਤੁਸੀਂ ਆ ਕੇ ਉਰੇ ਮਿਲ ਗਈ ਤੁਹਾਨੂੰ ਜੋਬ ਟੀਅਰ 4 ਦੀ, ਤਾਂ ਉਹ ਐਕਸਪੀਰੀਅੰਸ ਇਨਕਲੂਡ ਨਹੀਂ ਹੋਣਾ। ਤਾਂ ਮੇਕ ਸ਼ੋਰ ਜਿਹੜਾ ਤੁਹਾਡਾ ਜਿਹੜਾ ਟੀਅਰ ਉਹ ਸੇਮ ਹੋਵੇ ਜਾਂ ਉਸ ਤੋਂ ਹਾਇਰ ਹੋਵੇ, ਠੀਕ ਹੈ। ਹੁਣ ਜੀ ਕਈਆਂ ਨੂੰ ਕਨਫਿਊਜ਼ਨ ਹੁੰਦੀ ਹੈ ਵੀ ਟੀਅਰ ਕਿਵੇਂ ਚੈੱਕ ਕਰੀਏ, ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਆਪਣੇ ਲੈਪਟਾਪ 'ਤੇ ਲੈ ਚੱਲਦਾ, ਠੀਕ ਹੈ, ਤੁਹਾਨੂੰ ਦੱਸਦਾ ਵੀ ਕਿਵੇਂ ਟੀਅਰ ਚੈੱਕ ਕਰਨਾ। ਹਾਂਜੀ, ਹੁਣ ਆਪਾਂ ਆ ਗਏ ਲੈਪਟਾਪ 'ਤੇ, ਹੁਣ ਮੈਂ ਤੁਹਾਨੂੰ ਸਮਝਾ ਦੇਣਾ ਕਿ ਟੀਅਰ ਕਿਹੜਾ ਤੁਸੀਂ ਕਿਵੇਂ ਚੈੱਕ ਕਰਨਾ ਆਪਣੀ ਜੋਬ ਦਾ। ਸਭ ਤੋਂ ਪਹਿਲਾਂ ਤੁਸੀਂ ਗੂਗਲ 'ਤੇ ਜਾਣਾ, ਠੀਕ ਹੈ, ਤਾਂ ਗੂਗਲ 'ਤੇ ਜਾ ਕੇ ਇੱਥੇ ਪੜ੍ਹਨਾ ਤੁਸੀਂ NOC ਕੋਡ, ਤਾਂ ਤੁਸੀਂ ਇੱਥੇ ਖੁੱਲ ਜੂਗਾ, ਪਹਿਲੀ ਸਾਈਟ 'ਤੇ ਜਾਣਾ ਹੈ ਫਾਈਂਡ ਯੂਅਰ NOC ਕੋਡ canada.ca 'ਤੇ, ਠੀਕ ਹੈ। ਇੱਥੇ ਜਾ ਕੇ ਉਸ ਤੋਂ ਬਾਅਦ ਇਹ ਸਾਈਟ ਖੁੱਲ ਜੂਗੀ, ਠੀਕ ਹੈ, ਤਾਂ ਨੀਚੇ ਰੈਕ ਕਰਨਾ ਹੈ। ਜੇ ਤੁਸੀਂ ਇੱਥੇ ਆ ਗਏ, ਠੀਕ ਹੈ, ਤਾਂ ਇੱਥੇ ਤੁਸੀਂ ਆਪਣੀ ਜੋਬ ਪੋਜੀਸ਼ਨ ਭਰਨੀ ਹੈ, ਤੁਹਾਨੂੰ ਜੋਬ ਪੋਜੀਸ਼ਨ ਤੁਹਾਡੀ ਪਤਾ ਹੋਣੀ ਚਾਹੀਦੀ ਹੈ। ਜੇ ਤੁਸੀਂ ਆਪਣਾ ਟੀਅਰ ਚੈੱਕ ਕਰਨਾ ਹੈ ਤਾਂ ਇੱਥੇ ਫੋਰ ਐਗਜ਼ਾਮਪਲ ਆਪਾਂ ਭਰਦੇ ਹਾਂ ਟਰੱਕ ਡਰਾਈਵਰਸ ਦਾ, ਠੀਕ ਹੈ, ਤਾਂ ਇੱਥੇ ਆ ਗਏ ਟਰਾਂਸਪੋਰਟ ਟਰੱਕ ਡਰਾਈਵਰਸ, ਠੀਕ ਹੈ, ਤਾਂ ਉਹ ਫਾਲ ਕਰਦੇ ਨੇ ਟੀਅਰ 3 ਦੇ ਵਿੱਚ, ਠੀਕ ਹੈ। ਇਸ ਤਰ੍ਹਾਂ ਤੁਸੀਂ ਆਪਣੀ ਜੋਬ ਪੋਜੀਸ਼ਨ ਭਰ ਕੇ ਆਪਣਾ ਟੀਅਰ ਹੈ ਜਿਹੜਾ ਚੈੱਕ ਕਰ ਸਕਦੇ ਹੋ, ਅਤੇ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਜੋਬ ਹੈ ਉਹ ਕਿਹੜੇ ਟੀਅਰ 'ਚ ਫਾਲ ਕਰਦੀ ਹੈ।
तो एवें तुसी टीयर चैक कर लिया जो एक बार, ठीक है। उस तो बाद जे थोनों किसी भी वर्क एक्सपीरियंस प्रॉब्लम आती है भी ये इनकलूड होगा या नहीं इनकलूड होगा, तो मैं एक नंबर दे रहा है, यह है अटलांटिक इमीग्रेशन ऑफिस का नंबर है नोवा स्कोशिया का जो, ठीक है। तो तुम उन्होंने कॉल करके पूछ सकते हो भी मेरी सिचुएशन यही है कि मैं आर्ट्स इनकलूड कर सकता या नहीं इस प्रोग्राम के अंडर। बट जो ये आर्ट्स काउंट करने भी कुछ कंडीशन ने जो तुम आर्ट्स काउंट करने ने, ये किसी भी सैल्फ इंपलॉयड या वलंटियर काम तो नहीं आ सकते है। हुण ये हैगा तुसी कितने सेवा कर रहे सी, है ना, मान लो तुम कई बार आप फ्री काम करने लग जाने, पकड़ देना सेवा, ठीक है, जो कम सीखने वास्ते लग जाने, तो वो आर्स इनकलूड नहीं होने है, ठीक है। चाहे वो तुम कित भी किए, चाहे नोवा स्कोशिया ही करो, चाहे आउट ऑफ प्रोविंस करो, या एज अ स्टूडेंट करे, वो तो जे वो आर्स ने वो इनकलूड नहीं होने है। जब तुम सैल्फ इंपलॉयड से, है ना, थोड़ा कोई अपना काम से, तो वह भी जे इनकलूड नहीं होने है। इस तो इलावा जो थोड़ा स्टेटस लीगल नहीं सी, है ना, थोड़ा ये वास्ते स्टेटस भी लीगल चाहिए, ठीक है, तो वह आर्स भी इनकलूड नहीं होने। मान लो तुम विजिटर वीजे के सीए, तुम कहो मैं घंटे काम किए, वो इनकलूड नहीं होने जी, थोड़ा स्टेटस है जो लीगल होना चाहिए कंट्री के जो तुम घंटे काम किया हो। उस तो इलावा मैं ऑलरेडी दसता जे तुम स्टूडेंट लाइफ च स्टडी करते आर्स भी तुम इनकलूड कर सकते हो, बट वो 20 घंटे तो जिन्ने भी बद किए, मान लो तुम एक वीक सुन 20 घंटे लाओ रहे जो उस तो बद किए, वो भी इनकलूड नहीं होने है। तो जिहड़े आर्स ने वह पार्ट टाइम जॉब तो भी आ सकते हैं, तो फुल टाइम जॉब तो भी आ सकते हैं। तो नाल शर्त यह भी है कि जो 1560 घंटे का एक्सपीरियंस है वो ओवर द पीरियड ऑफ 1 ईयर होना चाहिए। यह नहीं है भी तुम कह दो मैं तो 6 महीने 60-60 घंटे काम करूँगा एक वीक, तो मैं 1560 घंटे कंप्लीट कर लूँगा, यह नहीं जी। जो थोड़े जो 1560 घंटे ने ओवर द पीरियड ऑफ 1 ईयर होने चाहिए। तो नाल यह भी कंडीशन है जी तुम जॉब करनी है आके नोवा स्कोशिया के, वो फुल टाइम होनी चाहिए है। तो जे तुम जॉब कर रहे हो टीयर 0, 1, 2, 3 के, ठीक है, तो घट्टो घट्टो जॉब का 1 साल का कॉन्ट्रैक्ट होना चाहिए। जे तुम कर रहे हो टीयर 4 के, थोड़ी जॉब है जी परमानेंट होनी चाहिए। हम जे गल करिए आईलेट्स की, तो वो थोड़ी जॉब से डिपेंड करता है। जे थोड़ी जॉब हैगी टीयर 0, 1, 2, 3 के, ठीक है, तो थोड़ी CLB 5 चाहिए। जे थोड़ी जॉब हैगी टीयर 4 के, CLB 4 चाहिए। इसके अलावा जे गल करिए एजुकेशन रिक्वायरमेंट की, अगेन थोड़ी जॉब से डिपेंड करता है। जे थोड़ी जॉब हैगी टीयर 0 ते 1 की, तो थोड़ा सैकेंडरी स्कूल तो बाद 1 साल की थोड़ी स्टडी जरूरी है, वह चाहे डिप्लोमा हो सकता, वो कोई भी कोर्स हो सकता है, ठीक है। बट जे जॉब हैगी टीयर 2, 3, 4 की, तो जे थोड़ा सैकेंडरी स्कूल डन किया तो इनफ है। हाँ जी, इस तो अलावा मैं एक होर भी क्वेश्चन आता कि जो स्टूडेंट नोवा स्कोशिया या अटलांटिक प्रोविंस स्टडी करना आना चाहते हैं, तो उन्होंने वास्ते की एलिजिबिलिटी है। जे तुम इतने आके स्टडी कर दो किसी भी प्रोविंस, चार ही प्रोविंस जिन्हें भी अटलांटिक प्रोविंस, जो किसी भी प्रोविंस तुम आके स्टडी करते हो, तो जो प्रोग्राम एलिजिबल होने वास्ते 2 साल की स्टडी करनी पेगी, ठीक है। जो थोड़ी 2 साल की स्टडी होनी चाहिए है, तो 16 महीने तुम ये प्रोविंस रहने चाहिए हो, ठीक है। ये नहीं है तुम ऑनलाइन क्लासा लाने या कुछ होर, ठीक है, तुम विद इन फिजिकली इतने प्रेजेंट होना चाहिए हो घट्टो घट 16 महीने, ठीक है, तो तुम डायरैक्टली एलिजिबल हो जाने उस प्रोग्राम के अंदर। सो जस्ट जॉब ऑफर चाहिए होगा, थोड़ा किसी भी वर्क एक्सपीरियंस की जरूरत नहीं, तुम जी अपनी फाइल ला सकते हो अटलांटिक इमीग्रेशन प्रोग्राम के अंदर। जे गल करिए सैटलमेंट फंडस की, तो सूँ किसी भी सैटलमेंट फंडस की जरूरत नहीं हैगी, ये सैटलमेंट फंडस की गल है, सैटिंग नहीं है। बट जे तुम PR लगा रहे हो किसी होर कंट्री तो थोड़ी फैमिली की साइज से डिपेंड करूगा कि थोड़ा किन्ने फंडस की जरूरत है। जो तुम आ सारी एलिजिबिलिटी सबमिट कर लिया, ठीक है, तो थोड़ा चाहिए होगा इंडोरसमेंट सर्टिफिकेट, वो जो तुम नोवा स्कोशिया मूव होना है तो अपने इंपलॉयर ने कम स्टार्ट करना, ठीक है, वह गल कर लो कि मैनू PR लिए थोड़ी सपोर्ट की लोड़ होगी। तो जे वह मन जाते हैं तो सूँ वह इंडोरसमेंट लैटर है जो अपना बनवा के दे, वो करते अप्लाई थोड़े अटलांटिक इमीग्रेशन ऑफिस थोड़े टाइम बाद, ठीक है, इंडोरसमेंट सर्टिफिकेट आ गया तो थोड़ी नाल दी नाल जिहड़ी थोड़ी फाइल लग गई। जो थोड़ी फाइल लग गई उस तो बाद थोड़ा प्रोसैसिंग टाइम मैक्सीमम है जो 1 ईयर है, बट ऑन एन एवरेज 6 महीने जी थोड़ी PR आ जाती है, ठीक है। जे थोड़े को ऑलरेडी 1 साल का एक्सपीरियंस है किसी भी टीयर के, टीयर 0, 1, 2, 3, 4 के, ठीक है, तो जो तुम इतने मूव हो गए, है ना, तुम्हें इंडोरसमेंट सर्टिफिकेट मिल गया, ठीक है। इंडोरसमेंट सर्टिफिकेट का प्रोसैस होंगे 2 महीने का होंगे, ठीक है। जो थोड़ा इंडोरसमेंट सर्टिफिकेट मिल गया तुम नाल दी नाल अपनी फाइल आती 6 महीने होर लगता है, तो 8 महीनों के थोड़ा PR कार्ड थोड़े हाथ च होंगे। पर जे थोड़े को नहीं कोई भी एक्सपीरियंस, तो तुम मूव हो गए इतने एक्सपीरियंस 1 साल का करके, ठीक है, उस तो बाद अपनी फाइल लगाने 8 महीने होर ला लो, 1 साल का एक्सपीरियंस यही लगा लो, मीनस 20 मंथ के PR जी थोड़े हाथ च होंगी, तो तुम हो जाने पक्के कनेडा वाले। हाँ जी, ये सारिया एलिजिबिलिटी सी
इन्नी सी ये वीडियो, जो वीडियो वधिया लगी, वीडियो इनफॉर्मेटिव लगी है ना, तो चैनल जरूर सबसक्राइब कर दो, शेयर कर दो, कमेंट कर दो। इन्ना कहता हो रब रख।